ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW Study For Job ਦੇ ਵਿੱਚ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੋ ਪੰਜਾਬ ਗਵਰਨਮੈਂਟ ਵੱਲੋਂ ETT ਦੇ ਜੋ ਸੈਕੰਡ ਪੇਪਰ ਵਾਸਤੇ ਜੋ ਅਸਾਮੀਆਂ ਸੀ ਉਹ ਅਨਾਉਂਸ ਕੀਤੀਆਂ ਗਈ ਸੀ ਸੋ ਉਸ ਦੇ ਇਗਜ਼ਾਮ ਦੀ ਜੋ ਫਾਈਨਲ ਡੇਟ ਆਉਟ ਡਿਕਲੇਅਰ ਕਰ ਦਿੱਤੀ ਗਈ ਹੈ ਉਹ ਜਿਹੜੀ ਫਾਈਨਲ ਡੇਟ ਹੈ 29 ਨਵੰਬਰ ਨੂੰ ਜਿਹੜਾ ETT ਦਾ ਸੈਕੰਡ ਇਗਜ਼ਾਮ ਹੈ ਜੋ ਹੋਣ ਜਾ ਰਿਹਾ ਹੈਗਾ ਸੋ ਉਸ ਦੇ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਵਾਸਤੇ ਇੱਕ ਸੁਨਹਿਰੀ ਮੌਕਾ ਹੈ ਜੋ ਸਾਡੇ ਚੈਨਲ ਲੈ ਕੇ ਆਇਆ ਹੈ ਜਿਸ ਦੇ ਵਿੱਚ ਆਪਾਂ ਸਭ ਨੂੰ ਪਤਾ ਹੈ ਜੋ ਈਟੀਟੀ ਦਾ ਪੇਪਰ ਹੋਣ ਜਾ ਰਿਹਾ ਉਸ ਦੇ ਵਿੱਚ ਤੁਹਾਨੂੰ ਟੋਟਲ 6 ਸਬਜੈਕਟ ਨੇ ਜੋ ਦਿੱਤੇ ਗਏ ਨੇਗੇ 6 ਸਬਜੈਕਟਾਂ ਦੇ ਵਿੱਚੋਂ ਤੁਹਾਡਾ ਪੇਪਰ ਹੋਣ ਜਾ ਰਿਹਾ ਹੈਗਾ ਤੇ ਨੰਬਰਾਂ ਵਾਰੀ ਤੇ ਟਾਈਮ ਵਾਰੀ ਆਪਾਂ ਜਿਹੜੀ ਫਰਸਟ ਵੀਡੀਓ ਸੀ ਉਸ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆਗਾ ਕਿ ਜਿਹੜਾ 100 ਨੰਬਰ ਦਾ ਤੁਹਾਡਾ ਪੇਪਰ ਹੋਣ ਜਾ ਰਿਹਾ ਹੈਗਾ ਤੇ 100 ਹੀ ਮਿੰਟ ਤੁਹਾਨੂੰ ਪੇਪਰ ਵਾਸਤੇ ਦਿੱਤੇ ਜਾਣਗੇ ਜੇਕਰ ਆਪਾਂ ਟਾਈਮਿੰਗ ਦੀ ਗੱਲ ਕਰੀਏ ਸੋ ਜੇਕਰ ਆਪਾਂ ਦੂਸਰੇ ਪਾਸੇ ਦੇਖੀਏ ਕਿ ਜਿਸ ਸਾਡਾ ਚੈਨਲ ਹੈ ਤੁਹਾਡੇ ਵਾਸਤੇ ਇੱਕ ਵਧੀਆ ਸੁਨਹਿਰੀ ਮੌਕਾ ਲੈ ਕੇ ਆਇਆ ਕਿ ਜਿਹੜੇ ਤੁਹਾਡੇ ਸਟੱਡੀ ਵਾਸਤੇ ਔਰ ਸਟੱਡੀ ਜਿਆਕਰ ਆਪਾਂ ਕੈਸਾ ਸਟੱਡੀ ਸਕਿੱਲ ਹੈ ਉਸ ਨੂੰ ਇੰਪਰੂਵ ਕਰਨ ਵਾਸਤੇ ਤੁਹਾਨੂੰ ਇੱਕ ਬਹੁਤ ਹੀ ਵਧੀਆ ਚਾਂਸ ਜੀ ਦਿੱਤਾ ਜਾ ਰਿਹਾ ਹੈਗਾ ਜਿਸ ਦੇ ਵਿੱਚ ਤੁਹਾਡੇ ਜਿਹੜੇ ਸਿਲੇਬਸ ਨੂੰ ਲੈ ਕੇ ਜਿਹੜੇ ਤੁਹਾਡੇ 6 ਸਬਜੈਕਟ ਨੇ 6 ਸਬਜੈਕਟਾਂ ਦੇ ਵਾਸਤੇ ਤੁਹਾਨੂੰ 6 ਦੇ 6 ਹੀ ਬੈਸਟ ਟੀਚਰ ਨੇ ਜੋ ਪ੍ਰੋਵਾਈਡ ਕੀਤੇ ਜਾ ਰਹੇ ਨੇ ਜਿ ਤੁਹਾਨੂੰ ਡੇਲੀ ਤੁਹਾਡੇ ਜਿਹੜੇ ਸਟੱਡੀ ਮਟੀਰੀਅਲ ਹੈ ਉਸ ਨੂੰ ਕਵਰ ਕਰਵਾਉਣ ਦੇ ਵਾਸਤੇ ਤੁਹਾਡੀ ਸਹਾਇਤਾ ਕਰਨਗੇ ਸੋ so, ਜਿਹੜਾ 29 ਨੂੰ ਆਪਣਾ ਪੇਪਰ ਹੋਣ ਜਾ ਰਿਹਾ ਤੇ ਸਭ ਦੀ ਇਹ ਹੀ ਕੋਸ਼ਿਸ਼ ਰਹੇਗੀ ਕਿ ਜਿਹੜੇ ਸਿਲੇਬਸ ਹੈ ਉਹ तकरीबन 15 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਸਿਲੇਬਸ ਹੈ ਉਸ ਨੂੰ ਕਵਰ ਕਰਵਾਇਆ ਜਾਵੇ ਤੇ ਉਸ ਤੋਂ ਬਾਅਦ ਜੋ ਐਮਸੀਕਿਊ ਕੁਐਸਚਨ ਹੋਣਗੇ ਉਸ ਦੇ ਵਿੱਚ ਵੀ ਤੁਹਾਨੂੰ ਜਿਹੜਾ ਸਿਲੇਬਸ ਨੂੰ ਹੋਰ ਜ਼ਿਆਦਾ ਤੁਹਾਡੇ ਨਿਖਾਰ ਲਿਆਂਦਾ ਜਾਵੇ ਸੋ ਕੁੱਲ ਮਿਲਾ ਕੇ ਜੇਕਰ ਆਪਾਂ ਗੱਲ ਕਰੀਏ ਤਾਂ ਨਿਚੋੜ ਇਹ ਹੀ ਨਿਕਲਦਾ ਕਿ ਸਾਡੇ ਜੋ ਐਮਐਸਡਬਲ ਸਟਡੀ ਫਾਰ ਜੌਬ ਚੈਨਲ ਹੈ ਤੁਹਾਡੇ ਵਾਸਤੇ ਇੱਕ ਸੁਨਹਿਰੀ ਮੌਕਾ ਲੈ ਕੇ ਆਇਆਗਾ ਕਿ ਜੇਕਰ ਤੁਸੀਂ ਆਪਣੇ ਪੇਪਰ ਨੂੰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਪੂਰੀ ਜੋ ਹੈਲਪ ਕਰਾਂਗੇ ਸੋ ਜੇਕਰ ਤੁਸੀਂ ਹਾਲੇ ਵੀ ਸਾਡੇ ਚੈਨਲ ਨਾਲ ਨਹੀਂ ਜੁੜੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਜੋ ਵੀਡੀਓ ਦਿੱਤੀ ਗਈਆਂ ਨੇ ਉਹਨਾਂ ਨੂੰ ਦੇਖ ਸਕਦੇ ਹੋ ਤੇ ਸਾਡੇ ਜੋ ਚੈਨਲ ਦੇ ਇਸ ਤੋਂ ਬਾਅਦ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਤੁਸੀਂ ਜੋ ਨੈਕਸਟ ਜਿਹੜੀਆਂ ਵੀਡੀਆਂ ਬਣੀਆਂ ਹੋਈਆਂ ਨੇਗੀਆਂ ਜੋ ਵੀਡੀਓ ਬਣੀਆਂ ਹੋਈ ਨੇ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ ਜੇ ਤੁਹਾਡੇ 6 ਸਬਜੈਕਟਾਂ ਦੇ ਨਾਲ ਰਿਲੇਟਡ ਡੈਮੋ ਕਲਾਸਿਸ ਦੂਸਰੇ ਟੀਚਰ ਦੇ ਦੁਆਰਾ ਬਣਾਈਆਂ ਗਈਆਂ ਨੇ ਸੋ ਆਓ ਸਟਾਰਟ ਕਰਦੇ ਹਾਂ ਇਸ ਤੋਂ ਪਹਿਲਾਂ ਆਪਾਂ ਜੋ ਲੈਕਚਰ ਲਗਾਇਆ ਸੀ ਸਿਰਫ ਇੱਕ ਤੁਹਾਡੀ ਡੈਮੋ ਕਲਾਸ ਸੀਗੀ ਜੋ ਆਪਾਂ ਕੀਤਾ ਸੀ ਪੰਜਾਬੀ ਭਾਸ਼ਾ ਤੇ ਉਪਭਾਸ਼ਾ ਵਾਰੀ ਸੋ ਅੱਜ ਜੋ ਤੁਹਾਡਾ ਜਿਹੜਾ ਲੈਕਚਰ ਹੈਗਾ ਉਹ ਹੈ ਪੰਜਾਬੀ ਵਿਆਕਰਨਾਂ ਪੰਜਾਬੀ ਵਿਆਕਰਨ ਦੇ ਵਿੱਚ ਜਿਵੇਂ ਆਪਾਂ ਨੂੰ ਪਾੜ ਦਿੱਤੇ ਹੋਏ ਨੇ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਇਹ ਜਿਹੜਾ ਤੁਹਾਡੇ ਸਿਲੇਬਸ ਦੇ ਅਨੁਸਾਰ ਚਾਰ 파ਟ ਵੰਡੇ ਹੋਣੇ ਵਿਆਖਰਦੇ ਤਾਂ ਆਪਾਂ ਸਿਰਫ ਉਹੀ ਕਰਨੇ ਨੇ ਕਿਉਂਕਿ ਆਪਾਂ ਸਭ ਨੂੰ ਪਤਾ ਜੀ ਤੁਹਾਡਾ ਸਿਲੇਬਸ ਹੈ ਉਹ ਸਿਰਫ ਪਲੱਸ 2 بیس ਤੱਕ ਦਾ ਦਿੱਤਾ ਹੋਇਆ ਹੈਗਾ ਤੁਹਾਡੇ ਐਗਜ਼ਾਮ ਦੇ ਵਾਸਤੇ ਸਿਰਫ ਪਲੱਸ 2 بیس ਤੱਕ ਦਾ ਜੋ ਕੰਮ ਹੈ ਪੇਪਰ ਦੇ ਵਿੱਚ ਉਹੀ ਆਵੇਗਾ ਸੋ ਆਪਾਂ ਉਸੇ ਦੇ ਅਕੋਰਡਿੰਗ ਹੀ ਕੰਮ ਕਰਾਂਗੇ ਨਾ ਹੀ ਜ਼ਿਆਦਾ ਆਪਾਂ ਹਾਈ ਲੈਵਲ ਦਾ ਕਰਾਂਗੇ ਤੁਹਾਡੀ ਇਹ ਸਮਝ ਤੋਂ ਉੱਪਰ ਹੋਵੇ ਤੇ ਨਾ ਹੀ ਕੋਈ ਅਜੀਹਾ ਫਾਲਤੂ ਦਾ ਕੰਮ ਹੋਵੇਗਾ ਜੋ ਤੁਹਾਡੇ ਪੇਪਰ ਦੇ ਵਿੱਚ ਆਵੇ ਨਾ ਆਪਾਂ ਸਿਰਫ ਮੇਨ ਫੋਕਸ ਉਸੇ ਹੀ ਕੰਮ ਤੇ ਕਰਾਂਗੇ ਜਿਸ ਦਿਨ ਤੁਹਾਡਾ ਜਿਹੜਾ ਉਹ ਇਗਜ਼ਾਮ ਹੈ ਉਹ ਤੁਸੀਂ ਵਧੀਆ ਢੰਗ ਨਾਲ ਕ੍ਰੈਕ ਕਰ ਸਕੋ ਸੋ ਆਓ ਸਟਾਰਟ ਕਰਦੇ ਆਂ ਆਪਣੀ ਅੱਜ ਦੀ ਨੈਕਸਟ ਵੀਡੀਓ ਆ ਦਾ ਦੇਖੋ ਜੋ ਪੰਜਾਬੀ ਵਿਆਕਰਨ ਵਾਲੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਿਆਕਰਨ ਹੁੰਦਾ ਕੀ ਹੈ ਵਿਆਕਰਨ ਹੁੰਦੀ ਕੀ ਚੀਜ਼ ਹੈ ਵਿਆਕਰਨ ਦੀ ਲੋੜ ਕਿਉਂ ਪਈ ਜਾਂ ਵਿਆਕਰਨ ਬਣਿਆ ਕਿਸ ਕਰਕੇ ਹੈ ਹਨਾ ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਰੂਪ ਸਮਝਣ ਲਈ ਵਿਆਕਰਨ ਦੀ ਬੜੀ ਮਹੱਤਤਾ ਹੈ ਹੁਣ ਦੇਖੋ ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਰੂਪ ਸਮਝਣ ਲਈ ਵਿਆਕਰਨ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਵਿਆਕਰਨ ਇੱਕ ਅਜਿਹੀ ਵਿੱਦਿਆ ਹੈ ਜਿਸ ਰਾਹੀਂ ਭਾਸ਼ਾ ਦਾ ਸ਼ੁੱਧ ਬੋਲਣਾ ਲਿਖਣਾ ਪੜ੍ਹਨਾ ਇਸ ਵਿੱਚ ਤਿੰਨ ਹੀ ਚੀਜ਼ਾਂ ਹੀ ਸ਼ਾਮਲ ਹੁੰਦੀਆਂ ਹਨ ਭਾਵ ਕੀ ਵਿਆਕਰਨ ਦੇ ਵਿੱਚ ਸ਼ੁੱਧ ਬੋਲਣਾ ਲਿਖਣਾ ਤੇ ਪੜ੍ਹਨਾ ਤਿੰਨੇ ਹੀ ਚੀਜ਼ਾਂ ਸ਼ਾਮਿਲ ਨੇ ਹੁਣ ਦੇਖੋ ਜੇਕਰ ਆਪਾਂ ਦੇਖੇ ਕਿ ਜੇਕਰ ਵਿਆਕਰਨ ਨਾ ਬਣਿਆ ਹੁੰਦਾ ਹਨ ਜੇਕਰ ਵਿਆਕਰਨ ਨਾ ਬਣਿਆ ਹੁੰਦਾ ਤਾਂ ਕਿ ਆਪਾਂ ਸ਼ੁੱਧ ਭਾਸ਼ਾ ਸਿੱਖ ਸਕਦੇ ਕਦੇ ਵੀ ਨਹੀਂ ਸਿੱਖ ਸਕਦੇ ਸੀ ਹੁਣ ਦੇਖੋ ਜਿਵੇਂ ਆਪਾਂ ਪੰਜਾਬੀ ਲਿਖਦੇ ਤਾਂ ਆਪਾਂ ਪੰਜਾਬੀ ਲਿਖਣ ਦੇ ਵਿੱਚ ਜਿਹੜੀਆਂ ਆਪਣੇ ਲਗਾ ਮਾਤਰਾਵਾਂ ਦੀ ਆਪਾਂ ਵਰਤੋਂ ਕਰਦੇ ਆ ਤਾਂ ਉਹ ਕਿਸ ਤਰ੍ਹਾਂ ਹੀ ਆਈਆਂ ਨੇ ਉਹ ਵੀ ਆਪਣੇ ਵਿਆਕਰਨ ਰਾਹੀਂ ਆਈਆਂ ਨੇ ਹਨ ਜੇਕਰ ਆਪਾਂ ਕਿਤੇ ਕੋਈ ਗਲਤੀ ਕਰਦੇ ਆਂਗੀ ਬਿੰਦੀ ਟਿੱਪੀ ਜਾਂ ਅਧਿਕ ਦੀ ਗੜਦੇ ਆ ਤਾਂ ਉਹ ਵੀ ਕਿਸ ਤਰ੍ਹਾਂ ਹੀ ਬਣੀਆਂ ਨੇ ਉਹ ਵੀ ਵਿਆਕਰਨ ਰਾਹੀਂ ਬਣੀਆਂ ਨੇ ਹਨ ਤੇ ਜੇਕਰ ਆਪਾਂ ਦੂਸਰੇ ਪਾਸੇ ਦੇਖੀਏ ਸ਼ਬਦਾਂ ਦਾ ਅਨੁਸ਼ਾਸਨ ਸ਼ਬਦਾਂ ਦਾ ਅਨੁਸ਼ਾਸਨ ਵਿਆਕਰਨ ਦਾ ਦੂਸਰਾ ਨਾਮ ਹੀ ਕੀ ਹੈ ਸ਼ਬਦਾਂ ਦਾ ਅਨੁਸ਼ਾਸਨ ਹੈ ਹੁਣ ਦੇਖੋ ਇੱਕ ਇੱਕ ਐਗਜ਼ਾਮਪਲ ਦਿੰਦੀ ਹਾਂ ਮੈਂ ਤੁਹਾਨੂੰ ਛੋਟੀ ਜੀ ਜਿਵੇਂ ਸਕੂਲ ਦੇ ਟਾਈਮ ਤੇ ਸਵੇਰ ਦੇ ਟਾਈਮ ਆਪਾਂ ਸੋਰੀ ਸਵੇਰ ਦੇ ਟਾਈਮ ਵੀ ਆਪਣੇ ਸਕੂਲ ਦੇ ਵਿੱਚ ਕੀ ਹੁੰਦੀ ਹੈ ਸਭ ਬੱਚਿਆਂ ਵਾਸਤੇ ਪ੍ਰੇਰ ਕਰਵਾਈ ਜਾਂਦੀ ਹੈ ਹਨਾ ਸੋ ਸਪੇਅਰ ਦੇ ਟਾਈਮ ਦੇ ਕੀ ਹੁੰਦਾ ਜੇਕਰ ਬੱਚੇ ਅਨੁਸ਼ਾਸਨ ਦੇ ਵਿੱਚ ਨਹੀਂ ਖੜਨਗੇ ਹਨਾ ਸਿਕਵੈਂਸ वाइज ਲਾਈਨਾਂ ਦੇ ਵਿੱਚ ਨਹੀਂ ਖੜਨਗੇ ਤਾਂ ਉਹ ਕੀ ਹੋਵੇਗਾ ਇੱਕ ਖਲਾਰਾ ਜਿਹਾ ਪਿਆ ਦਿਖੇਗਾ ਹਨ ਉਹ ਖਲਾਰਾ ਜਿਹਾ ਅਜਿਹਾ ਹੀ ਪਿਆ ਦਿਖੇਗਾ ਕਿ ਜਿਸ ਨਾਲ ਕੀ ਕਿਸੇ ਨੂੰ ਵੀ ਦੇਖਣ ਦੇ ਵਿੱਚ ਨਾ ਹੀ ਵਧੀਆ ਲੱਗੇਗਾ ਨਾ ਹੀ ਉੱਥੇ ਕੋਈ ਤੁਕਬੰਦੀ ਬਣੇਗੀ ਹਨਾ ਸੋ ਇਸੇ ਤਰ੍ਹਾਂ ਜੇਕਰ ਆਪਾਂ ਦੂਸਰੇ ਪਾਸੇ ਦੇਖੀਏ ਜੇਕਰ ਸ਼ਬਦਾਂ ਦਾ ਵੀ ਅਜਿਹਾ ਹੀ ਖਲਾਰਾ ਪਿਆ ਹੋਵੇ ਭਾਵੇਂ ਕਿ ਲਿਖਣ ਦੇ ਵੇਲੇ ਆਪਾਂ ਨੂੰ ਇਹ ਨਾ ਸਮਝ ਆਵੇ ਕਿ ਆਪਾਂ ਕੀ ਲਿਖ ਰਹੇ ਹਾਂ ਨਾ ਹੀ ਦੂਸਰੇ ਨੂੰ ਪੜਨ ਦੇ ਵਿੱਚ ਸਮਝ ਆਵੇ ਕਿ ਕਿਸ ਨੇ ਕੀ ਲਿਖਿਆਗਾ ਤਾਂ ਉਹ ਵੀ ਕੀ ਹੋਵੇਗਾ ਇੱਕ ਖਲਾਰਾ ਹੋਵੇਗਾ ਸੋ ਉਸੇ ਤਰ੍ਹਾਂ ਸ਼ਬਦਾਂ ਦਾ ਹੀ ਕੀ ਹੈ ਇੱਕ ਅਨੁਸ਼ਾਸਨ ਹੈ ਭਾਵੇਂ ਕਿ ਸ਼ਬਦਾਂ ਨੂੰ ਲਾਈਨਾਂ ਦੇ ਲਗਾਉਣ ਵਿੱਚ ਜੇ ਸ਼ਬਦਾਂ ਨੂੰ ਆਪਾਂ ਕਹਿ ਸਕਦੇ ਸਹੀ ਲਿਖਣ ਦੇ ਵਿੱਚ ਉਹਨਾਂ ਨੂੰ ਸਹੀ ਤਰਤੀਬ ਦੇਣ ਦੇ ਵਿੱਚ ਬੋਲਣ ਦੇ ਵਿੱਚ ਲਿਖਣ ਦੇ ਵਿੱਚ ਪੜ੍ਹਨ ਦੇ ਵਿੱਚ ਕੀ ਹੈ ਇੱਕ ਸ਼ਬਦਾਂ ਦਾ ਅਨੁਸ਼ਾਸਨ ਦਾ ਕੰਮ ਕਰਦਾ ਹੈ ਸੋ ਇਸ ਦਾ ਦੂਸਰਾ ਨਾਮ ਕੀ ਲਿਆ ਜਾਂਦਾ ਹੈਗਾ ਵਿਆਕਰਨਾ ਕਿ ਇਹ ਸ਼ਬਦਾਂ ਦਾ ਇੱਕ ਅਨੁਸ਼ਾਸਨ ਦੇ ਤੌਰ ਤੇ ਕੰਮ ਕਰਦਾ ਹੈ ਠੀਕ ਹੈ ਇਹ ਗੱਲ ਕਲੀਅਰ ਹੋ ਗਈ ਹੋਵੇਗੀ ਹੁਣ ਦੇਖੋ ਜਿਹੜੇ ਆਪਾਂ ਨੂੰ ਸਿਰਫ ਆਪਣੇ ਸਿਲੇਬਸ ਦੇ ਅਕੋਰਡਿੰਗ ਕਿੰਨਾ ਦਿੱਤਾ ਹੋਇਆਗਾ ਸਿਰਫ ਪਲੱਸ 2 ਲੈਵਲ ਤੱਕ ਦਾ ਆਪਣਾ ਜਿਹੜਾ ਸਿਲੇਬਸ ਹਉ ਦਿੱਤਾ ਹੋਇਆ ਸੋ ਉਸੇ ਦੇ ਅਨੁਸਾਰ ਤੁਹਾਡੇ ਸਿਲੇਬਸ ਦੇ ਵਿੱਚ ਜਿਹੜਾ ਵਿਆਕਰਨ ਦੇ ਵਿੱਚ ਹੈ ਉਹ ਸਿਰਫ ਤੁਹਾਡੇ ਚਾਰ ਅੰਗ ਦਿੱਤੇ ਹੋਏ ਨੇ ਕਿਹੜੇ ਕਿਹੜੇ ਦਿੱਤੇ ਹੋਏ ਨੇ ਚਾਰ ਅੰਗ ਜਿਹੜੇ ਡਿਵਾਈਡ ਕੀਤੇ ਹੋਏ ਨੇ ਨੰਬਰ 1 ਧੁਨੀ ਬੋਧ ਸੈਕੰਡ ਅਰਥ ਬੋਧ ਫਿਰ ਸ਼ਬਦ ਬੋਧ ਫਿਰ ਵਾਕ ਬੋਧ ਇਹ ਜਿਹੜੇ ਚਾਰ ਹੀ ਹਿੱਸੇ ਨੇ ਆਪਣੇ ਵਿਆਕਰਨ ਦੇ ਆਪਾਂ ਨੇ ਇਹੀ ਕਲੀਅਰ ਕਰਨੇ ਨੇ ਹੁਣ ਦੇਖੋ ਧੁਨੀ ਬੋਧ ਕੀ ਹੁੰਦਾ ਹੈ ਬੋਲਣ ਵੇਲੇ ਸਾਡੇ ਮੂੰਹ ਦੇ ਵਿੱਚ ਜੋ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤੁਨੀ ਬੋਧ ਕਿਹਾ ਜਾਂਦਾ ਹੈ ਬੋਲਣ ਦੇ ਵੇਲੇ ਭਾਵ ਕੀ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਹੈਨਾ ਜੋ ਸਾਰਥਕ ਆਵਾਜ਼ਾਂ ਨਿਕਲਦੀਆਂ ਨੇ ਸਾਰਥਕ ਕੀ ਹੁੰਨੇ ਜਿਹੜੇ ਸਹੀ ਆਪਣੇ ਅਰਥ ਦਿੰਦੀਆਂ ਨੇਗੀਆ ਜੋ ਸਹੀ ਅਰਥ ਦਿੰਦੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਕਿ ਸਾਰਥਕ ਆਵਾਜ਼ਾਂ ਕਿਹਾ ਜਾਂਦਾ ਹੁਣ ਦੇਖੋ ਇਹਨਾਂ ਨੂੰ ਤਿੰਨ ਟੰਗਾਂ ਦੇ ਨਾਲ ਵਰਤਿਆ ਹੋਇਆ ਹੈਗਾ ਭਾਵ ਕੀ ਤਿੰਨ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਉਚਾਰ ਰਾਹੀ ਸੰਚਾਰ ਰਾਹੀ ਤੇ ਸੁਣਨ ਰਾਹੀ ਉਚਾਰ ਦਾ ਭਾਵ ਕੀ ਹੁੰਦਾ ਜੇਕਰ ਆਪਾਂ ਸਹੀ ਉਚਾਰ ਨਹੀਂ ਆ ਸਹੀ ਬੋਲ ਰਹੇ ਆ ਫੇਰ ਹੀ ਕੋਈ ਉਹਨਾਂ ਨੂੰ ਸੁਣ ਸਕੀਗਾ ਸੰਚਾਰ ਦਾ ਮਤਲਬ ਕੀ ਹੁੰਦਾਗਾ ਪ੍ਰਵਾਹ ਹੈ ਨਾ ਸੰਚਾਰ ਦਾ ਸੰਚਾਰ ਦਾ ਮਤਲਬ ਕੀ ਹੁੰਦਾ ਹੈ ਪ੍ਰਵਾਹ ਜਾਂ ਭਾਵ ਆਦਾਨ ਪ੍ਰਦਾਨ ਆਦਾਨ ਪ੍ਰਦਾਨ ਨੂੰ ਤਾਂ ਤੁਸੀਂ ਸਮਝਦੇ ਹੋਵੋਗੇ ਆਦਾਨ ਪ੍ਰਦਾਨ ਕਰਨਾ ਤੇ ਤੀਸਰਾ ਨੰਬਰ ਕੀ ਹੈ ਸਵਰਣੀ ਭਾਵ ਕੇ ਸੁਣਨਾ ਸੁਣਨਾ ਦਾ ਮਤਲਬ ਕੀ ਹੁੰਦਾ ਜੇਕਰ ਆਪਾਂ ਸਹੀ ਬੋਲ ਰਹੇ ਆ ਤਾਂ ਹੀ ਦੂਸਰਾ ਉਸ ਚੀਜ਼ ਨੂੰ ਸਮਝ ਸਕੇਗਾ ਸੁਰਤੂ ਨਹੀਂ ਬੋਲ ਤੁਹਾਡੇ ਤਿੰਨ ਤਰੀਕੇ ਜਿਹੜਾ ਡਿਵਾਈ ਕੀਤਾ ਹੋਇਆਗਾ ਬੋਲਣ ਰਾਹੀ ਸੁਣਨ ਰਾਹੀ ਤੇ ਆਦਾਨ ਪ੍ਰਦਾਨ ਰਾਹੀ ਠੀਕ ਹੈ ਜੀ ਨੈਕਸਟ ਦੇਖੋ ਅਰਥ ਬੋਧ ਅਰਥਾਂ ਦੇ ਪੱਖੋਂ ਕਿਸੇ ਗੱਲ ਨੂੰ ਪੂਰੀ ਤਰ੍ਹਾਂ ਖੋਲ ਕੇ ਸਮਝਾਉਣਾ ਭਾਵ ਕਿ ਉਹ ਚੀਜ਼ਾਂ ਜਿਨ੍ਹਾਂ ਦੇ ਰਾਹੀ ਆਪਾਂ ਕਿਸੇ ਵੀ ਗੱਲ ਨੂੰ ਪੂਰੀ ਤਰ੍ਹਾਂ ਖੋਲ ਕੇ ਕਿਸੇ ਦੂਸਰੇ ਨੂੰ ਸਮਝਾਉਣੇ ਉਸ ਚੀਜ਼ ਨੂੰ ਕੀ ਕਿਹਾ ਜਾਂਦਾ ਅਰਥ ਬੋਧ ਕਿਹਾ ਜਾਂਦਾ ਹੈ ਉਹਨਾਂ ਇਹਨਾਂ ਨੂੰ ਵੀ ਦੇਖੋ ਅੱਗੇ ਡਿਵਾਈਡ ਕੀਤਾ ਹੋਇਆ ਹੈਗਾ ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਬਹੁਤੀ ਸ਼ਬਦਾਂ ਦਾ ਇੱਕ ਸ਼ਬਦ ਜਾਂ ਵਿਰੋਧੀ ਸ਼ਬਦ ਇਹ ਅਲੱਗ-ਅਲੱਗ ਪਾਰਟ ਬੰਡੇ ਹੋਏ ਨੇ ਬਹੁਅਰਥਕ ਜਿਨ੍ਹਾਂ ਦੇ ਇੱਕ ਸ਼ਬਦ ਦੇ ਜਿਆਦਾ ਅਰਥ ਨਿਕਲਦੇ ਹੋਣ ਇੱਕ ਸ਼ਬਦ ਦੇ ਕੀ ਨਿਕਲਦੇ ਹੋਣ ਜਿਆਦਾ ਅਰਥ ਨਿਕਲਦੇ ਹੋਣ ਸਮਾਨਾਰਥਕ ਜਿਹੜੇ ਨੇ ਜਿਨ੍ਹਾਂ ਦੇ ਸਮਾਨ ਅਰਥ ਨਿਕਲਦੇ ਹੋਣ ਬਹੁਤੀ ਸ਼ਬਦਾਂ ਦਾ ਇੱਕ ਸ਼ਬਦ ਜਾਂ ਵਿਰੋਧੀ ਸ਼ਬਦ ਠੀਕ ਹੈ ਜੀ ਅੱਗੇ ਦੇਖੋ ਸ਼ਬਦ ਬੋਧ ਸ਼ਬਦ ਬੋਧ ਕਿਹੜੇ ਹੁੰਦੇ ਹਨ ਤੁਨੀਆਂ ਲਗਾ ਤੇ ਲਗਾਖਰਾਂ ਦੇ ਸਮੇਲ ਤੋਂ ਸ਼ਬਦ ਬਣਦਾ ਹੈ ਤੁਨੀਆਂ ਲਗਾ ਤੇ ਲਗਾਖਰਾਂ ਦੇ ਸਮੇਲ ਤੋਂ ਕੀ ਬਣਦਾ ਸ਼ਬਦ ਬਣਦਾ ਹੁਣ ਦੇਖੋ ਇੱਥੇ ਸਾਰੀ ਚੀਜ਼ਾਂ ਹੀ ਆ ਗਈਆਂ ਤੁਨੀਆਂ ਕਿਹੜੀਆਂ ਹੁੰਦੀਆਂ ਨੇ ਜੋ ਆਪਾਂ ਇਹਨਾਂ ਵਾਲੇ ਕਰਕੇ ਗੀਆਂ ਹਨ ਲਗਾਖਰ ਕਿਹੜੇ ਹੁੰਦੇ ਨੇ ਆਪਣੇ ਤਿੰਨੇ ਹੁੰਦੇ ਨੇ ਬਿੰਦੀ ਟਿੱਪੀ ਤੇ ਅਦਕ ਹਨ ਇਹਨਾਂ ਦੇ ਸਮੇਲ ਤੋਂ ਕੀ ਬਣਦਾ ਇੱਕ ਸ਼ਬਦ ਬਣਦਾ ਹੈ ਹੁਣ ਦੇਖੋ ਇਹਨਾਂ ਨੂੰ ਦੋ ਤਰ੍ਹਾਂ ਨਾਲ ਵੰਡਿਆ ਜਾਂਦਾ ਸ਼ਬਦਾਂ ਨੂੰ ਇੱਕ ਹੁੰਦੇ ਨੇ ਸਾਰਥਕ ਸ਼ਬਦ ਇੱਕ ਹੁੰਦੇ ਨੇ ਨਿਰਾਰਥਕ ਸਾਰਥਕ ਸ਼ਬਦ ਕਿਹੜੇ ਹੁੰਦੇ ਨੇ ਸਾਰਥਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਸਹੀ ਅਰਥ ਨਿਕਲਦੇ ਹਨ ਭਾਵੇਂ ਕਿ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਜੇਕਰ ਸਾਡੀ ਗੱਲ ਦੇ ਸਹੀ ਅਰਥ ਹੀ ਨਹੀਂ ਨਿਕਲਦੇ ਉਹ ਕੀ ਹੁੰਦੀ ਹੈ ਗੱਲ ਵੀ ਫਜ਼ੂਲ ਜਹੀ ਲੱਗਦੀ ਹੈ ਸੈਕਿੰਡ ਨੰਬਰ ਤੇ ਨਿਰਾਰਥਕ ਸ਼ਬਦ ਨਿਰਾਰਥਕ ਸ਼ਬਦ ਕਿਹੜੇ ਹੁੰਦੇ ਨੇ ਜਿਨ੍ਹਾਂ ਦੇ ਕੋਈ ਅਰਥ ਹੀ ਨਹੀਂ ਨਿਕਲਦੇ ਹੁਣ ਦੇਖੋ ਇੱਕ एग्जांपल ਦੇ ਤੌਰ ਤੇ ਜਿਵੇਂ ਆਪਾਂ ਕਹਿ ਦਈਏ ਕੀ ਰੋਟੀ ਰਾਟੀ ਹਨਾ ਰੋਟੀ ਰਾਟੀ ਹੁਣ ਰੋਟੀ ਤੇ ਸਹੀ ਸ਼ਬਦ ਹੈ ਉਹ ਤਾਂ ਸਾਰਥਕ ਸ਼ਬਦ ਹੋ ਗਿਆ ਤੇ ਰਾਟੀ ਕੀ ਹੋ ਗਿਆ ਨਿਰਾਰਥਕ ਜਿਵੇਂ ਆਪਾਂ ਕਹਿ ਸਕਦੇ ਪਾਣੀ ਧਾਣੀ ਪਾਣੀ ਕੀ ਇੱਕ ਸਾਰਥਕ ਸ਼ਬਦ ਤੇ ਧਾਣੀ ਕੀ ਇੱਕ ਨਿਰਾਰਥਕ ਸ਼ਬਦ ਇਸੇ ਤਰ੍ਹਾਂ ਹੀ ਹੋ ਗਿਆ ਹੁਣ ਨੈਕਸਟ ਦੇਖੋ ਵਾਕ ਬੋਧ ਫੋਰਥ ਜਿਹੜੀ ਆਪਣੀ ਟਰਮ ਚੱਲ ਰਹੀ ਹੈਗੀ ਵਿਆਕਰਨ ਦਾ ਉਹ ਹਿੱਸਾ ਜਿਸ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਚਰਚਾ ਕੀਤੀ ਜਾਂਦੀ ਹੈ ਵਾਕ ਬੋਧ ਕੀ ਹੈ ਵਿਆਖ ਕਰਨ ਦਾ ਉਹ ਹਿੱਸਾ ਜਿਸ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਚਰਚਾ ਕੀਤੀ ਜਾਂਦੀ ਉਸ ਨੂੰ ਕੀ ਕਿਹਾ ਜਾਂਦਾ ਹੈ ਵਾਕ ਬੋਧ ਦੇਖੋ ਜੀ ਇਹ ਸਿਰਫ ਆਪਣੇ ਡੈਮੋ ਕਲਾਸਿਸ ਸੀ ਜਿਸ ਦੇ ਵਿੱਚ ਤੁਹਾਨੂੰ ਸਿਰਫ ਇੰਨਾ ਕੀ ਹੈ ਜੇਕਰ ਤੁਸੀਂ ਇਸ ਇੰਨਾ ਚੀਜ਼ਾਂ ਨੂੰ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਪੜਨਾ ਚਾਹੁੰਦੇ ਹੋ ਤਾਂ ਸਾਡੀ ਕਲਾਸਾਂ ਨੂੰ ਜ਼ਰੂਰ ਜੁਆਇਨ ਕਰੋ ਜਿਸ ਦੇ ਵਿੱਚ ਤੁਹਾਡੇ ਸਬਜੈਕਟ ਜਿਹੜੇ ਸਬਜੈਕਟ ਨੇ ਜਿਨ੍ਹਾਂ ਨੂੰ 6 ਪਾਰਟ ਦੇ ਵਿੱਚ ਵੰਡਿਆ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਵਧੀਆ ਟੀਚਰਸ ਦੇ ਦੁਆਰਾ ਤੋਂ ਨੇ ਕਰਵਾਇਆ ਕਵਰ ਕਰਵਾਇਆ ਜਾਵੇਗਾ ਸੋ ਜਿਹੜੀ ਸਾਡੀਆਂ ਕਲਾਸਿਸ ਨੇ ਉਹ ਸ਼ੁਰੂ ਹੋਣ ਜਾ ਰਹੀਆਂ ਨੇ ਜੀ 2 ਨਵੰਬਰ ਤੋਂ 2 ਨਵੰਬਰ ਤੋਂ ਜਿਹੜੀ ਸਾਡੀ ਕਲਾਸ ਨੇ ਉਹ ਸਟਾਰਟ ਹੋਣ ਜਾ ਰਹੀਆਂ ਨੇ ਜੀ ਜੇਕਰ ਤੁਸੀਂ ਹਾਲੇ ਵੀ ਇਹਨਾਂ ਕਲਾਸਾਂ ਨੂੰ ਜੁਆਇਨ ਨਹੀਂ ਕੀਤਾ ਤਾਂ ਜਲਦੀ ਕਰੋ ਜੁਆਇਨ ਕਰੋ ਜੇਕਰ ਤੁਸੀਂ 2 ਤਰੀਕ ਤੋਂ ਬਾਅਦ ਇਹਨਾਂ ਕਲਾਸਾਂ ਨੂੰ ਜੁਆਇਨ ਕਰਦੇ ਤਾਂ ਹੋ ਸਕਦਾ ਜਿਹੜੀ ਤੁਹਾਡੀ ਫੀਸ ਹੈਗੀ ਉਹ ਜ਼ਿਆਦਾ ਵੱਧ ਸਕਦੀ ਹੈ ਜਿਹੜੀ ਹੁਣ ਤਾਂ ਫੀਸ ਰੱਖੀ ਹੋਈ ਹੈ ਸਿਰਫ 1000 ਰੁਪਏ ਬਹੁਤ ਹੀ ਜ਼ਿਆਦਾ ਵੈਸਟ ਚਾਂਸ ਹੈ ਇਹ ਦੇਖੋ 6 ਸਬਜੈਕਟਾਂ ਵਾਸਤੇ ਤੁਹਾਨੂੰ ਸਿਰਫ 1000 ਰੁਪਏ ਦੇ ਵਿੱਚ ਕੀ ਕੀਤੀ ਜਾ ਰਹੀ ਹੈ ਤਿਆਰੀ ਕਰਵਾਈ ਜਾ ਰਹੀ ਹੈਗੀ ਜੇਕਰ ਤੁਸੀਂ 2 ਤਰੀਕ ਤੋਂ ਬਾਅਦ ਇਹਨਾਂ ਕਲਾਸਾਂ ਨੂੰ ਜੁਆਇਨ ਕਰਦੇ ਹੋਗੇ ਤਾਂ ਹੋ ਸਕਦਾ ਹੈ ਕਿ ਜਿਹੜੀ ਫੀਸ ਆ ਤੁਹਾਡੀ ਹੋਰ ਵੀ ਜ਼ਿਆਦਾ ਲੱਗੇ ਜੇਕਰ ਤੁਸੀਂ ਜ਼ਿਆਦਾ ਡਿਟੇਲ ਨੂੰ ਪਹਿਣਾ ਚਾਹੋ ਨੀਓ ਤਾਂ ਸਾਡੇ ਨੀਚੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਰ ਦੇ ਨਾਲ ਤਾਂ ਤੁਹਾਨੂੰ ਜਿਹੜੀ ਹੋਰ ਵੀ ਡਿਟੇਲ ਤੁਸੀਂ ਪਤਾ ਕਰ ਸਕਦੇ ਹੋ ਜਾਂ ਫੀਸ ਵਾਰੀ ਹੋਵੇ ਜਾਂ ਕਲਾਸਾਂ ਵਾਰੀ ਹੋਵੇ ਕਿਸੇ ਵੀ ਤਰ੍ਹਾਂ ਤਾਂ ਇਹ ਨੰਬਰ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਥੈਂਕ ਯੂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਡੈਮੋ ਕਲਾਸਿਸ ਪਸੰਦ ਆਈਆਂ ਸੋ ਥੈਂਕ ਯੂ